ਕੀ ਕਰਨਾ ਸਿਕਲੈਨ ਸਰਵਿਸ ਸਟੇਸ਼ਨ ਆਪਣਾ ਬਣਾਇਆ ਸਰ ਕਿਰਾਏ ਤੇ ਲਿਆ ਸੀ ਦੁਕਾਨ ਲਈ ਸੀ ਦੁਕਾਨ ਦਾ ਕੰਮ ਕਰਦਾ ਤੇ ਦੁਕਾਨ ਵੀ ਕਿਰਾਏ ਤੇ ਲਈ ਆਪਣਾ ਹੀ ਹੋ ਗਿਆ ਨਾ ਸਰਵਿਸ ਹਾਂਜੀ ਆਪਣੀ ਸਹੀ ਸ਼ਾਦੀ ਸ਼ੁਦਾ ਜੀ ਕਿੰਨੇ ਬੱਚੇ ਤਿੰਨ ਬੱਚਿਆਂ ਨੇ ਇੱਕ ਬੱਚਾ ਜੀ ਚਾਰ ਬੱਚੇ ਜੀ ਭੈਣ ਭਰਾ ਕਿੰਨੇ ਦੋ ਭਾਈ ਨੇ ਇੱਕ ਭੈਣ ਠੀਕ ਹੈ ਅਲੀ ਰਜ਼ਾ ਕੌਣ ਸੀ ਅਲੀ ਰਜ਼ਾ ਜੀ ਚਾਚੇ ਦਾ ਬੇਟਾ ਹੈ ਮੁਹੰਮਦ ਅਲੀ ਦਾ ਕਜ਼ਨ ਹੈ ਹਾਂਜੀ ਕਜ਼ਨ ਠੀਕ ਹੈ ਕਿਉਂ ਮਾਰਤਾ ਉਹਨੂੰ ਸਰਦੀ ਨਾਲ ਨਹੀਂ ਸੀ ਠੀਕ ਸਰਦੀ ਤਾਂ ਮਾਰਿਆ ਖਰਾਬ ਸੀ ਜੀ ਜੀ ਕੀ ਕਰਦਾ ਸੀ ਤਾਲੁਕਾਤ ਸੀ ਉਹਦੇ ਜੀ ਕਿਹਦੇ ਨਾਲ ਮੇਰੀ ਬੇਗਮ ਨਾਲ ਅੱਛਾ ਅਤੇ ਕਿੰਝ ਪਤਾ ਲੱਗਾ ਤੈਨੂੰ ਸਰ ਮੈਂ 15-20 ਦਿਨ ਪਹਿਲੇ ਤਾਂ ਮੈਨੂੰ ਸ਼ੱਕ ਹੋ ਗਿਆ ਸੀ ਉਹ ਆਉਂਦਾ ਜਾਂਦਾ ਸੀ ਸਾਡੇ ਘਰ ਅੱਛਾ ਤਕਰੀਬਨ ਦੂਸਰੇ ਤੀਸਰੇ ਦਿਨ ਚੌਥੇ ਦਿਨ ਆਉਂਦਾ ਸੀ ਮੈਂ ਦੁਕਾਨ ਹੁੰਦਾ ਸੀ ਅਤੇ ਮੈਂ ਜਾਂਦਾ ਸੀ ਅਤੇ ਮੈਨੂੰ ਨਾ ਉਹਦੇ ਸ਼ੱਕ ਹੋ ਗਿਆ ਸੀ ਪਤਾ ਜਾ ਰਿਹਾ ਜੀ ਕਿ ਦੂਸਰਾ ਆਪਣਾ ਭੈਣ ਦੱਸ ਦਿੱਤਾ ਜੀ ਇਸ ਵਜ੍ਹਾ ਸਰਦੀ ਉਹ ਰਜ਼ਾਇਨ ਨੂੰ ਲੈ ਕੇ ਆਇਆ ਜੀ ਭੈਣ ਨੇ ਦੱਸਿਆ ਤੈਨੂੰ ਹਾਂਜੀ ਕਿਆ ਖਰਾਬ ਹੈ ਅੱਛਾ ਫਿਰ ਇਹਨੂੰ ਲੈ ਕੇ ਆਇਆ ਜੀ ਤੂੰ ਜ਼ੈਨ ਲੈ ਕੇ ਆਇਆ ਜ਼ੈਨ ਲੈ ਕੇ ਆਇਆ ਪਲੈਨਿੰਗ ਕੀਤੀ ਪਹਿਲੇ ਪਲੈਨਿੰਗ ਕਿੰਨੇ ਦਿਨ ਪਹਿਲੇ ਕੀਤੀ ਜ਼ੈਨ ਨਾਲ ਆਪਣੇ ਭਰਾ ਨਾਲ ਪਹਿਲੇ ਗੱਲ ਕੀਤੀ ਨਾ ਨਹੀਂ ਪਲੈਨਿੰਗ ਹਾਂ ਉਹ ਆਇਆ ਸਰ ਜੀ ਉਹ ਤਾਂ ਅਸੀਂ ਵੇਖ ਕੇ ਦੱਸਦੀ ਫਿਰ ਕੰਮ ਕਰ ਜ਼ੈਨ ਲੈ ਕੇ ਆਇਆ ਫੋਨ ਤੈਨੂੰ ਜ਼ੈਨ ਹਾਂ ਤਾਂ ਕਹਿੰਦੇ ਲੈ ਕੇ ਆਇਆ ਪਲੈਨਿੰਗ ਨਹੀਂ ਕੀਤੀ ਤੇ ਜ਼ੈਨ ਨੂੰ ਫੋਨ ਕੀਤਾ ਸੀ ਆਪਾਂ ਜਾਣਾ ਕਿਧਰੇ ਕੰਮ ਆ ਅੱਬੂ ਨੇ ਫੋਨ ਕੀਤਾ ਸੀ ਜ਼ੈਨ ਨੇ ਜ਼ੈਨ ਨੇ ਕਿਹਨੂੰ ਅਲੀ ਰਜ਼ਾ ਨੂੰ ਅੱਛਾ ਤੂੰ ਜ਼ੈਨ ਨੂੰ ਦੱਸਤਾ ਸੀ ਕਿ ਇੰਜਨ ਖਰਾਬ ਹੈਗਾ ਜੀ ਕਿੰਨੇ ਦਿਨ ਪਹਿਲੇ ਸਰ ਤਕਰੀਬਨ 3-4 ਦਿਨ ਪਹਿਲੇ ਹਾਂ ਅਤੇ ਫਿਰ ਉਸ ਤੋਂ ਬਾਅਦ ਤੁਹਾਡੀ ਆਪਸ 'ਚ ਕੀ ਗੱਲ ਹੋਈ ਕਿ ਕੀ ਕਰਨਾ ਉਹਨਾਂ ਦਾ ਕੁਛ ਨਹੀਂ ਸਰ ਜ਼ੈਨ ਕਹਿੰਦਾ ਸੀ ਕਿ ਮੇਰਾ ਦੋਸਤ ਹੈ ਅਤੇ ਤੂੰ ਉਹਨੂੰ ਜੇ ਗਲਤੀ ਆਇਆ ਵੀ ਤਾਂ ਮਾਫ਼ ਕਰ ਦੇ ਪਰ ਉਹ ਫਿਰ ਆਇਆ ਜਦੋਂ ਘਰ ਉਹ ਮੈਂ ਜਦੋਂ ਫਿਰ ਆਪਣੀਆਂ ਅੱਖਾਂ ਨਾਲ ਵੇਖਿਆ ਸਰ ਬਰਦਾਸ਼ਤ ਨਹੀਂ ਹੋਇਆ ਸਰ ਉੱਥੇ ਠੀਕ ਬਰਦਾਸ਼ਤ ਮੌਕੇ 'ਤੇ ਉੱਤੇ ਹੀ ਵੇਖ ਕੇ ਆ ਅਤੇ ਮੌਕੇ 'ਤੇ ਹੀ ਕਤਲ ਕਰਤਾ ਨਹੀਂ ਮੌਕੇ 'ਤੇ ਨਹੀਂ ਕੀਤਾ ਉਹਨਾਂ ਅੰਦਰ ਬੰਨ ਲਿਆ ਸਰ ਅਤੇ ਤਕਰੀਬਨ 2-3 ਮਿੰਟ ਛੱਡ ਲਿਆ ਸਰ ਲੈ ਪਿਆ ਸੀ ਉੱਥੇ ਉੱਤੇ ਜ਼ੈਨ ਝੂਠ ਤੇ ਇੱਥੇ ਹੀ ਤੇਰਾ ਫੜਿਆ ਗਿਆ ਨਾ ਉਹਨੂੰ ਤੇ ਜ਼ੈਨ ਲੈ ਕੇ ਆਇਆ ਘਰ ਹੀ ਹਾਂਜੀ ਤੇ ਉੱਥੇ ਕਹਿੰਦੇ ਮੌਕੇ ਤੇ ਕਰ ਸਕਦੇ ਜਦੋਂ ਜ਼ੈਨ ਲੈ ਕੇ ਆਏਗਾ ਤੇ ਉੱਥੇ ਕੀ ਮੌਕੇ ਤੇ ਫੜਨਾ ਜ਼ੈਨ ਆਪਣਾ ਬੈਠ ਕੇ ਸੌਂਗੇ ਸੀ ਦੋਵੇਂ ਜਣੇ ਜਦੋਂ ਸੌਂਗੇ ਕੌਣ ਕੌਣ ਜ਼ੈਨ ਤੇ ਅਲੀ ਰਜ਼ਾ ਜੀ ਅੱਛਾ ਸੌ ਗਏ ਹਾਂਜੀ ਅੱਛਾ ਤੇ ਮੈਂ ਆਪਣਾ ਉਹ ਵਾਸ਼ਰੂਮ ਅੰਦਰ ਬਾਰੇ ਬੈਠਕ ਬਾਹਰ ਬਾਰੇ ਬੈਠਕ ਜੀ ਸੁੱਤੇ ਸੀ ਤੇ ਉਹ ਗਿਆ ਵਾਸ਼ਰੂਮ ਵਾਸ ਪਾਣੀ ਗਾ ਹੋਣਾ ਤੇ ਤੂੰ ਕਿੱਥੇ ਸੀ ਮੈਂ ਸਰ ਅੰਦਰ ਸੁੱਤਾ ਸੀ ਫਿਰ ਸਰ ਮੈਂ ਜ਼ੈਨ ਨੂੰ ਬੁਲਾਇਆ ਜ਼ੈਨ ਨੂੰ ਕਿਹਾ ਹਾਂ ਜ਼ੈਨ ਨੂੰ ਕੀ ਕਰਨਾ ਉਹਨੇ ਕਿਹਾ ਤੂੰ ਛੱਡ ਦੇ ਜੋ ਕਰਨਾ ਮੈਂ ਆਪੇ ਕਰਾਂਗਾ ਠੀਕ ਹੈ ਅਸੀਂ ਫਿਰ ਉਹਨੂੰ ਅੰਦਰ ਲੈ ਗਏ ਹਾਂ ਮੂੰਹ ਸਾਰੇ ਕੱਪੜੇ ਨਾਲ ਬਣਿਆ ਸੀ ਅੱਛਾ ਅਤੇ ਹੱਥ ਵੀ ਨਾ ਬੰਨ ਦਿੱਤੇ ਸੀ ਪੈਰ ਵੀ ਬੰਨ ਦਿੱਤੇ ਸੀ ਅੱਛਾ ਅਤੇ ਇੱਕ ਇਸਤਰੀ ਲਾਈ ਸਰ ਜੋ ਤੂੰ ਜ਼ੈਨ ਨੇ ਘੁੱਟ ਦਿੱਤੇ ਇਸਤਰੀ ਲਾਈ ਹਾਂਜੀ ਪੇਟ ਦੇ ਪੇਟ ਤੇ ਜ਼ੈਨ ਨੂੰ ਤੂੰ ਘੁੱਟ ਦੇ ਦਿੱਤਾ ਹਾਂ ਉਹ ਤਕਰੀਬਨ ਬੇਹੋਸ਼ ਹੋ ਗਿਆ ਹਾਂ ਅਤੇ ਉਹ ਤਾਂ ਫਿਰ ਅਸੀਂ ਬੁਰੀ ਤਸਤੇ ਸੀ ਬੇਗਨ ਨੂੰ ਕਿਹਾ ਅਗਰ ਤੂੰ ਕਿਸੇ ਨੂੰ ਕੋਈ ਗੱਲ ਦੱਸੀ ਤਾਂ ਮੈਂ ਤੈਨੂੰ ਨਹੀਂ ਛੱਡਣਾ ਅੱਛਾ ਉੱਥੇ ਅਸੀਂ ਮੋਟਰਸਾਈਕਲ ਠਾਕ ਨੂੰ ਲੈ ਗਏ ਜੀ ਉੱਥੇ ਜਾ ਕੇ ਮੈਂ ਰੋਤਾ ਰਿਹਾ ਪਹਿਲੇ ਸੱਟ ਕੇ ਕਣਕ ਦੇ ਵਿੱਚ ਅਤੇ ਉੱਥੇ ਜ਼ੈਨ ਨੂੰ ਕੁਲਾੜਾ ਮਾਰਿਆ ਉੱਥੇ ਸਿਰ ਕੁਲਾੜਾ ਮਾਰਿਆ ਸੱਟ ਕੇ ਵਾਪਸ ਆ ਗਏ ਫਿਰ ਕੀ ਕੀਤਾ ਜਨਾਜ਼ਾ ਜਨਾਜ਼ਾ ਹੀ ਕੀਤਾ ਸਰ ਮੈਂ ਜਨਾਜ਼ਾ ਕਰਵਾਇਆ ਸਰ ਕਿ ਗਿਆ ਹਾਂ ਜ਼ੈਨ ਵੀ ਗਿਆ ਜ਼ੈਨ ਥਾਣੇ ਨਹੀਂ ਆਇਆ ਮੈਂ ਥਾਣੇ ਵੀ ਆਇਆ ਤੂੰ ਮੇਰਾ ਨਾਲ ਗਿਆ ਮੁਲਾਜ਼ਾ ਕੀਤਾ ਮੁਲਾਜ਼ਾ ਦੇ ਪੈਸੇ ਦਿੱਤੇ ਜੀ ਉਹਨੂੰ ਪਤਾ ਨਹੀਂ ਸੀ ਆ ਕਿਸੇ ਗੱਲ ਦਾ ਕਿਹਨੂੰ ਮੇਰੇ ਨੂੰ ਅੱਛਾ ਫਿਰ ਫਿਰ ਬਸ ਆਪਣਾ ਫਿਰ ਆਪਣਾ ਕੀ ਨਾਮ ਦਾ ਉਹ ਦਰਖਾਸਤ ਖਾਣ ਆਇਆ ਜੀ ਜਿੱਥੇ ਆਪਣਾ ਕਾਲ ਟ੍ਰੇਸ ਹੋ ਗਈ ਜ਼ੈਨ ਦੀ ਅੱਛਾ ਜ਼ੈਨ ਫੜਿਆ ਗਿਆ ਫਿਰ ਤੂੰ ਭੱਜ ਗਿਆ ਮੈਂ ਆਪਣੇ ਬੱਚੇ ਸੀ ਨਿੱਕੇ ਨਿੱਕੇ ਲੈ ਤੋਂ ਨਿਕਲ ਗਿਆ ਸੀ ਬੀਬੀ ਨੂੰ ਵੀ ਹਾਂਜੀ ਅੱਛਾ ਕਿੱਥੇ ਲੈ ਕੇ ਚਲਾ ਗਿਆ ਗੁਜਰਾਲ ਸਰ ਗੁਜਰਾਲੇ ਠੀਕ ਹੈ ਫਿਰ ਕਿੰਨੀ ਦੇਰ ਰਿਹਾ ਤੂੰ ਮਫਰੂਰ 3 ਮਹੀਨੇ ਰਿਹਾ ਤਿੰਨ ਮਹੀਨੇ ਮਫਰੂਰ ਬੀਵੀ ਬੱਚਿਆਂ ਨਾਲ ਹੀ ਹਾਂਜੀ ਸਹੀ ਹੈ ਫੜਿਆ ਕਿੰਝ ਗਿਆ ਫਿਰ ਸਰ ਮੈਂ ਪੂਰੀ ਜ਼ਮਾਨਤ ਕਰਵਾਈ ਸੀ ਹਾਂ ਤਕਰੀਬਨ 20-22 ਦਿਨ ਰਹੀ ਹੈ 21 ਦਿਨ ਰਹੀ ਹੈ ਅਤੇ ਆਪਣਾ ਫਿਰ ਉਹ ਕੈਂਸਲ ਹੋ ਗਈ ਜ਼ਮਾਨਤ ਅਤੇ ਮੈਂ ਉੱਥੇ ਪੇਸ਼ ਹੋ ਗਿਆ ਠੀਕ ਹੈ ਇਹ ਹੁਣ ਕਿੰਝ ਪਤਾ ਲੱਗ ਰਿਹਾ ਕਿ ਤੂੰ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ ਕਿੰਝ ਸਾਬਤ ਹੋਏਗੀ ਇਹ ਗੱਲ ਕਿ ਤੂੰ ਸੱਚ ਬੋਲ ਰਿਹਾ ਕਿ ਝੂਠ ਇੰਝ ਹੀ ਹੋਇਆ ਜਾਂ ਤੂੰ ਕਹਿ ਰਿਹਾ ਹਾਂਜੀ ਹਾਂਜੀ ਹੋਇਆ ਉਹਦੇ ਤਾਲੁਕਾਤ ਖਰਾਬ ਸੀ ਅਤੇ 3 ਮਹੀਨੇ ਤੀਕਰ ਉਸੇ ਔਰਤ ਦੇ ਨਾਲ ਤੂੰ ਭੱਜਿਆ ਰਿਹਾ ਮਫਰੂਰੀ ਕੱਟਦਾ ਰਿਹਾ ਜਿਹੜੀ ਔਰਤ ਉਹਦੇ ਨਾਲ ਖਰਾਬ ਸੀ ਸਰ ਉਹ ਬੱਚੇ ਸੀ ਨਿੱਕੇ ਨਿੱਕੇ ਉਹਨੇ ਮਾਫ਼ੀ ਮੰਗ ਲਈ ਸੀ ਫਿਰ ਮੈਂ ਕੀ ਕਰ ਸਕਦਾ ਤੂੰ ਮਾਫ਼ ਕਰਤਾ ਉਹਨੂੰ ਉਹਨੂੰ ਨਹੀਂ ਤੂੰ ਮਾਰਿਆ ਉਹਨੂੰ ਅਲੀ ਰਜ਼ਾ ਨੂੰ ਮਾਰਿਆ ਹਾਂਜੀ ਉਹਨੂੰ ਮਾਫ਼ ਕਰਤਾ ਇਹ ਕਿਹੜੀ ਗੈਰਤ ਹੈ ਸਰ ਉਹ ਉਹਨੂੰ ਛੱਡਿਆ ਵੀ ਨਹੀਂ ਤੂੰ ਨਹੀਂ ਸਰ ਕਿਉਂ ਬਸ ਸਰ ਮਜਬੂਰੀ ਹੈ ਬੱਚੇ ਨਿੱਕੇ ਨਿੱਕੇ ਅਤੇ ਉਹਦੇ ਵੀ ਮਾਂ ਪਿਓ ਹੋ ਗਏ ਉਹਦੀ 1 ਮਹੀਨਾ ਪਹਿਲੇ ਸ਼ਾਦੀ ਹੋਈ ਸੀ
ਜ਼ੈਨ ਦਾ ਵੀ ਕੋਈ ਚੱਕਰ ਸੀ, ਕੋਈ ਸ਼ਾਦੀ ਕਰਨਾ ਚਾਹੁੰਦਾ ਸੀ ਜਿੱਥੇ ਉਹਨੇ ਸ਼ਾਦੀ ਕਰਾਈ ਸੀ? ਨਹੀਂ ਸਰ, ਜ਼ੈਨ ਮੈਨੂੰ ਐਸੀ ਕੋਈ ਗੱਲ ਨਹੀਂ ਸੀ। ਹਾਂ, ਜਦੋਂ ਕਤਲ ਕਰਤਾ ਕੀ ਆਪਸ 'ਚ ਫਿਰ ਗੱਲਾਂ ਕੀਤੀਆਂ? ਕੋਈ ਗੱਲ ਤੁਸੀਂ ਦੋਨਾਂ ਨੇ ਕੋਈ ਵੀ ਨਹੀਂ? ਜ਼ੈਨ ਮੈਂ ਕਿਹਾ ਸੀ ਅਗਰ ਤੈਨੂੰ ਕੋਈ ਬੁਲਾਏਗਾ ਨਾ ਥਾਣੇ ਆ ਜਾਣਾ, ਬਸ ਆ ਜਾਣਾ, ਨੱਸਣਾ ਨਹੀਂ, ਨੱਸੇ ਫਿਰ ਕੰਮ ਖਰਾਬ ਹੋ ਜਾਵੇ। ਬਸ ਸਰ, ਮੈਂ ਇੱਕ ਰਿਸ਼ਤੇਦਾਰੀ ਮਾਮਲਾ ਹੈ, ਸ਼ਾਇਦ ਆਪਣਾ ਕੋਈ ਬੰਦੇ ਬੰਦੇ ਪਾ ਕੇ ਸੁਲਾਹ ਕਰ ਲੈਣਗੇ। ਰਜ਼ਾਮੰਦੀ ਤੋਂ ਬਗੈਰ ਜ਼ਿਆਦਤੀ ਤਾਂ ਨਹੀਂ ਕਰਦਾ ਸੀ, ਮਤਲਬ ਤੇਰੇ ਬਕੋਲ ਜਾ ਕੇ ਕੋਈ ਜ਼ਬਰਦਸਤੀ ਤਾਂ ਨਹੀਂ ਕਰਦਾ ਸੀ ਕੋਈ? ਨਹੀਂ ਸਰ, ਤਾਲੁਕ ਸੀ ਨਾ ਉਹਦਾ। ਹਾਂਜੀ ਹਾਂਜੀ। ਹਾਂ, ਤੇ ਤਾਲੁਕ ਤੇ ਦੋਨੋਂ ਪਾਸੇ ਫਿਰ ਗਲਤ ਕੰਮ ਹੈਗਾ, ਦੋਨੋਂ ਤਰਫ। ਉਸ ਔਰਤ ਨੂੰ ਤੂੰ ਲੈ ਕੇ ਭੱਜ ਗਿਆ, ਇਹ ਕਹਾਣੀ ਬਣਾਈ ਹੋ ਕਿ ਸੱਚ ਬੋਲ ਰਹੇ? ਨਹੀਂ ਜੀ ਸਰ, ਸੱਚ ਬੋਲ ਰਹੇ। ਫਿਰ ਉਹਨੂੰ ਬੇਦਰਦੀ ਦੇ ਨਾਲ ਕਤਲ ਕੀਤਾ, ਉਹਦੀ ਤਾਂ ਸ਼ਨਾਖਤ ਹੀ ਨਹੀਂ ਹੋ ਰਹੀ ਸੀ। ਉਹ ਜ਼ੈਨ ਗੁਆੜਾ ਮਾਰਿਆ, ਜ਼ੈਨ ਨੂੰ ਕਿਹਾ ਸੀ ਇਹ ਕੰਮ ਨਾ ਕਰੀ, ਜ਼ੈਨ ਗੁਆੜਾ ਮਾਰ। ਤੂੰ ਕੀ ਚਾਹੁੰਦਾ ਸੀ ਕਿਸ ਤਰ੍ਹਾਂ ਮਾਰਿਆ ਜਾਵੇ? ਮੈਂ ਤਾਂ ਇਹ ਚਾਹੁੰਦਾ ਸੀ ਬਾ ਗੋਟੂ ਦੇ ਮਾਰ ਦਿੱਤਾ ਜਾਵੇ, ਗੋਟੂ ਦੇ ਕੇ ਮਾਰ ਦਿੱਤਾ। ਅਤੇ ਕਦੋਂ ਤਾਂ ਉਹਨਾਂ ਦਾ ਨਾਲ ਘਰੇਲੂ ਤਲਕ? ਕਜ਼ਨ ਹੈਗਾ ਸੀ, ਰੋਜ਼ ਘਰ ਆਉਣਾ ਜਾਣਾ ਹੋਏਗਾ। ਨਹੀਂ, ਤੀਸਰੇ ਤੋਂ ਚੌਥੇ ਦਿਨ ਆਉਂਦਾ ਸੀ, ਰਾਤ ਰਹਿ ਜਾਂਦਾ ਸੀ। ਤੂੰ ਉਸ ਦਿਨ ਜ਼ੈਨ ਜਦੋਂ ਉਹਨੂੰ ਲੈ ਕੇ ਆਇਆ ਉਦੋਂ ਪਤਾ ਸੀ ਜ਼ੈਨ ਨੂੰ? ਤੂੰ ਉਹਨੂੰ ਦੱਸ ਚੁੱਕਾ ਸੀ ਜ਼ੈਨ ਨੂੰ ਕਿ ਇਹ ਖਰਾਬ ਹੈਗਾ ਇਹਦੇ ਤਾਲੁਕ? ਅਤੇ ਫੜਿਆ ਕਹਿਣ ਗਿਆ ਸਰ? ਪੇਸ਼ ਹੋ ਗਿਆ ਸਰ। ਆਪ ਆਏ ਥਾਣੇ ਕਦੋਂ? ਥਾਣੇ ਨਹੀਂ ਆਇਆ, ਸ਼ਿਵਪੁਰ ਆਇਆ ਸੀ ਸਰ, ਉੱਥੇ ਆਪਣਾ ਪੇਸ਼ ਹੋ ਗਿਆ ਸੀ ਵਕੀਲ ਦੇ ਕਮਰੇ 'ਚ। ਅੱਛਾ। ਫਿਰ ਮੈਨੂੰ ਜੱਜ ਕੋਲ ਲੈ ਗਿਆ ਨੇ, ਉੱਥੇ ਫਿਰ ਨਾਲ ਕਵਲ ਕੀਤੇ ਸੀ ਮਾਣਾ ਥਾਣੇ, ਅਤੇ ਫਿਰ ਉੱਥੇ ਮਿਲਾਇਆ ਨੇ ਸਭ ਨੂੰ। ਕੀ ਸਜ਼ਾ ਮਿਲਣੀ ਚਾਹੀਦੀ ਤੈਨੂੰ? ਸਰ ਸਜ਼ਾ ਤਾਂ ਨਹੀਂ, ਮੈਂ ਤਾਂ ਇਹ ਚਾਹਾਂਗਾ ਕਿ ਮਾਫ਼ੀ ਹੋਣੀ ਚਾਹੀਦੀ ਸਰ। ਰਿਸ਼ਤੇਦਾਰਾਂ ਨੂੰ ਇੰਜ ਬੇਦਰਦੀ ਦੇ ਨਾਲ ਕਤਲ ਕਰੀਦਾ? ਬਸ ਸਰ, ਅੱਖਾਂ ਦੇ ਉੱਪਰ ਜਦੋਂ ਗਲਤੀ ਹੋਣੀ ਚਾਹੀਦੀ ਨਾ, ਬੰਦੇ ਅੱਖਾਂ ਪਰਦਾ ਪੜ ਜਾਂਦਾ ਸਰ, ਨਹੀਂ ਪਤਾ ਜਾਂਦਾ। ਜਦੋਂ ਬੰਦਾ ਗਲਤੀ ਕਰਨ ਦਾ ਅਹਿਸਾਸ ਹੁੰਦਾ ਉਦੋਂ ਹੁੰਦਾ ਸਰ। ਸ਼ੁਰੂ 'ਚ ਤੂੰ ਕਹਿ ਰਿਹਾ ਸੀ ਕਿਸੇ ਹੋਰ ਕੁੜੀ ਦਾ ਮਾਮਲਾ, ਉਹ ਕੀ ਗੱਲ ਕਰਨ ਲੱਗਾ ਸੀ ਪਹਿਲੇ ਜਿਹੜੀ? ਕਿਹੜੀ? ਨਹੀਂ ਜੀ, ਕੋਈ ਗੱਲ ਨਹੀਂ ਮੈਨੂੰ, ਹੋਰ ਕੋਈ ਮਾਮਲਾ ਨਹੀਂ, ਮੈਂ ਤਾਂ ਮੈਂ ਝੂਠ ਮਾਰਾਂ। ਮੈਨੂੰ ਅਗਰ ਹੈ ਵੀ ਤਾਂ ਜ਼ੈਨ ਨੇ ਕੋਈ ਗੱਲ ਨਹੀਂ ਦੱਸੀ ਸਰ। ਨਹੀਂ ਦੱਸੀ ਜੀ? ਨਹੀਂ। ਸਹੀ, ਹੁਣ ਕੀ ਹੋਣਾ ਚਾਹੀਦਾ? ਤੈਨੂੰ ਮਾਫ਼ ਕਰ ਦੇਣ ਸਰ, ਜਿਵੇਂ ਤੁਹਾਨੂੰ ਬਿਹਤਰ ਲੱਗਦਾ। ਨਹੀਂ ਨਹੀਂ, ਮੈਨੂੰ ਥੋੜ੍ਹਾ ਹੀ ਲੱਗਦਾ ਬਿਹਤਰ, ਉਹ ਤਾਂ ਉਹਦੇ ਘਰ ਵਾਲਿਆਂ ਨੇ ਤੈਨੂੰ ਸਜ਼ਾ ਦਿਲਵਾਉਣੀ ਹੈ। ਕੀ ਹੋਣਾ ਚਾਹੀਦਾ? ਮੈਂ ਤਾਂ ਇਹੀ ਕਹਾਂਗਾ ਕਿ ਮਾਫ਼ ਕਰ ਦੇਣਾ ਚਾਹੀਦਾ ਸਰ, ਗਲਤੀ ਬੰਦਿਆਂ ਹੁੰਦੀ ਹੈ। ਇੰਨੀ ਵੱਡੀ ਗਲਤੀ ਬੰਦਾ ਮਾਰ ਦਿਓ, ਔਰ ਐਡੀ ਬੁਰੀ ਤਰ੍ਹਾਂ ਮਾਰੋ ਕਿ ਉਹਦਾ ਚਿਹਰਾ ਹੀ ਸਾਰਾ ਮਸਕ ਕਰਤਾ ਤੁਸੀਂ ਕੁਲਾੜੀਆਂ ਮਾਰ ਮਾਰ ਕੇ? ਹੁੰਦੀ ਮੇਰੀ ਕੋਈ ਗਲਤੀ ਨਹੀਂ, ਸਾਰੀ ਜ਼ੈਨ ਦੀ ਗਲਤੀ ਹੈ। ਅਤੇ ਜ਼ੈਨ ਨੂੰ ਸਜ਼ਾ ਹੋਣੀ ਚਾਹੀਦੀ ਜੀ, ਫਾਂਸੀ ਦੀ? ਨਹੀਂ ਸਰ, ਮੈਂ ਨਹੀਂ ਕਹਾਂਗਾ ਫਾਂਸੀ ਦੀ। ਹਾਂ, ਹੁਣ ਕੀ ਹੋਣਾ ਚਾਹੀਦਾ ਸਰ? ਉਹ ਤਾਂ ਫਿਰ ਜੋ ਹੁੰਦਾ ਆਪਣਾ ਮੁਕੱਦਰ ਨੇ ਉਹ ਹੀ ਹੋਣਾ ਜੀ। ਤੇਰੀ ਵਜ੍ਹਾ ਤੋਂ ਹੋਇਆ ਸਾਰਾ ਮਾਮਲਾ, ਤੂੰ ਹੈ ਨਾ ਮੇਨ ਬੰਦਾ, ਤੇਰਾ ਹੀ ਮਸਲਾ ਹੈ ਨਾ। ਹਾਂਜੀ। ਅਤੇ ਤੈਨੂੰ ਕੁਛ ਨਾ ਹੋਵੇ, ਤੈਨੂੰ ਮਾਫ਼ ਕਰ ਦਿਉ ਜ਼ੈਨ ਨੂੰ, ਜੋ ਮਰਜ਼ੀ ਹੋਵੇ ਉਹਨੂੰ ਤੂੰ ਇਸਤੇਮਾਲ ਵੀ ਕਰ ਲਿਆ ਆਪਣੇ ਭਰਾ ਕੋ, ਕਤਲ ਵੀ ਕਰਾ ਦਿੱਤਾ, ਦੋਸਤ ਸੀ ਉਹ ਜ਼ੈਨ ਦਾ ਬੜਾ ਅੱਛਾ। ਜ਼ੈਨ ਨੂੰ ਕਿਹਾ ਅਗਰ ਚਾਹੀਦਾ ਠੀਕ ਹੈ, ਬੇਗਮ ਮੇਰੀ ਮਾਫ਼ੀ ਮੰਗ ਲਈ, ਤੈਨੂੰ ਮਾਫ਼ ਕਰ ਦੇਣਾ। ਉਹਨਾਂ ਕਿਹਾ ਨਹੀਂ, ਮੈਂ ਇਹਨੂੰ ਇੱਕ ਦੋ ਵਾਰੀ ਅੱਗੇ ਕਿਹਾ ਇਹ ਨਹੀਂ ਬਾਤ ਆਇਆ, ਮੈਂ ਨਹੀਂ ਛੱਡਣਾ, ਤੂੰ ਚਾਹੇ ਕੁਛ ਵੀ ਨਾ ਕਰ, ਮੈਂ ਨਹੀਂ ਛੱਡਣਾ। ਪਹਿਲੇ ਤੂੰ ਜ਼ੈਨ ਨੂੰ ਉਠਾ ਕੇ ਲਿਆ ਜੀ, ਫਿਰ ਦੋਨਾਂ ਨੇ ਫੜਿਆ ਉਹਨੂੰ, ਕਾਬੂ ਕੀਤਾ। ਹਾਂਜੀ। ਅੰਦਰ ਕਮਰੇ 'ਚ ਲੈ ਗਏ? ਪਹਿਲੇ ਮੈਂ ਉਠਾ ਕੇ ਮੈਂ ਕਿਹਾ ਅੰਦਰ ਬਹਿ ਜਾ ਲਈ, ਇਹਨਾਂ ਕੋਈ ਗੱਲ ਕਰਨੀ ਹੈ। ਮੈਂ ਗਿਆ ਜ਼ੈਨ ਕੋਲ, ਜ਼ੈਨ ਹੋ ਗਿਆ, ਮੈਂ ਕਿਹਾ ਗੱਲ ਅਤੇ ਉਹ ਭੱਜਿਆ ਹੀ ਨਹੀਂ, ਉਹਨੂੰ ਪਤਾ ਲੱਗ ਗਿਆ ਸੀ ਤੂੰ ਤੂੰ ਉਹਨੂੰ ਵੇਖ ਲਿਆ? ਕਿਹਨੂੰ? ਅਲੀ ਦਾਦਾ? ਹਾਂ। ਨਹੀਂ ਨਹੀਂ ਪਤਾ ਲੱਗਾ, ਕਿਉਂ? ਉਹ ਸੈਡ 'ਤੇ ਸੀ ਨਾ ਆਪਣਾ ਦੂਸਰਾ ਨੁੱਕਰ ਸੀ, ਅਤੇ ਮੈਂ ਕਮਰੇ 'ਚ ਡੋਰ ਦਾ ਦਰਵਾਜ਼ਾ ਖੁੱਲ੍ਹਾ ਸੀ, ਮੈਂ ਵਾਸ਼ਰੂਮ ਆਰਾਮ ਆਰਾਮ ਨਾਲ, ਮੇਰਾ ਸੀ ਬੱਤੀਆਂ ਬੰਦ ਸੀ, ਮੈਂ ਜ਼ੈਨ ਬੁਲਾਇਆ, ਜ਼ੈਨ ਮੈਂ ਕਿਹਾ ਵੇਖ ਲਾ ਆਪਣਾ ਅੱਖਾਂ ਦਾ ਤੂੰ ਕਿੰਨਾ ਕੁ ਝੂਠ ਹੈ। ਉੱਥੇ ਫਿਰ ਜ਼ੈਨ ਨੇ ਕਿਹਾ ਨਹੀਂ, ਬਸ ਮੈਂ ਜ਼ੈਨ ਨੂੰ ਕਿਹਾ ਵੀ ਮਾਫ਼ ਕਰ ਦੇ, ਜ਼ੈਨ ਨੇ ਕਿਹਾ ਤੂੰ ਤੂੰ ਛੱਡ ਦੇ ਹੁਣ, ਜੋ ਮੈਂ ਜਾਣਾ ਮੇਰਾ ਕੰਮ, ਇਹਨੇ ਮੈਂ ਦੋਸਤ ਬਣਾਇਆ, ਆਪਣਾ ਭਾਈ ਬਣਾਇਆ, ਇਹਨੇ ਸਾਰਿਆਂ ਨੇ ਚੰਗੀ ਨਹੀਂ ਕੀਤੀ, ਮੈਨੂੰ ਮਾਫ਼ੀ ਨਹੀਂ ਦਿੰਦੀ। ਫਿਰ ਮਾਰ ਦਿੱਤਾ? ਠੀਕ ਹੈ, ਹੁਣ ਮਾਰਤਾ ਹੈ, ਕਤਲ ਕਰਤਾ ਹੈ, ਗੈਰਤ ਦੇ ਉੱਤੇ ਕਤਲ ਕਰਤਾ ਮੰਨ ਲਿਆ, ਅਤੇ ਸਜ਼ਾ ਤਾਂ ਬਣਦੀ ਹੈ ਨਾ, ਕੀ ਹੋਣੀ ਚਾਹੀਦੀ ਸਜ਼ਾ? ਸਰ ਉਹ ਤਾਂ ਅਕਸਰ ਜਾਣਦੇ ਨੇ, ਮੈਂ ਤਾਂ ਸਜ਼ਾ ਜਾਣਦਾ ਵੀ ਨਹੀਂ, ਮੈਨੂੰ ਪਤਾ ਨਹੀਂ ਇਸ ਕੰਮ ਦਾ। ਕਤਲ ਦੀ ਸਜ਼ਾ ਨਾ ਨਹੀਂ ਪਤਾ ਜੀ, ਫਾਂਸੀ ਹੁੰਦੀ। ਸ਼ਰਮਿੰਦਾ ਤਾਂ ਤੂੰ ਹੈ ਹੀ ਨਹੀਂ, ਨਾ ਤੇਰੀ ਅੱਖਾਂ 'ਚ ਸ਼ਰਮਿੰਦਗੀ ਨਜ਼ਰ ਆ ਰਹੀ ਹੈ, ਨਾ ਤੇਰੇ ਲਹਿਜੇ 'ਚ ਲੱਗ ਰਿਹਾ ਤੂੰ ਸੱਚ ਬੋਲ ਰਹੇ। ਸ਼ਰਮਿੰਦਾ ਬਹੁਤ ਹਾਂ ਸਰ, ਮੈਨੂੰ ਪਤਾ ਮੈਂ ਰੋਜ਼ ਮਾਰ ਰਿਹਾ, ਨਿੱਕੇ ਨਿੱਕੇ ਬੱਚੇ ਨੇ, ਬੱਚਿਆਂ ਸਦਕੇ ਮਾਫ਼ ਕੀਤਾ ਜਾਵੇ। ਨਿੱਕੇ ਨਿੱਕੇ ਬੱਚੇ ਨੇ ਜੀ, ਅਤੇ ਪਹਿਲੇ ਨਹੀਂ ਖਿਆਲ ਆਇਆ ਨਿੱਕੇ ਨਿੱਕੇ ਬੱਚੇ ਨੇ? ਬਸ ਸਰ, ਅੱਖਾਂ ਕੱਟੀ ਬਣ ਗਈ ਸੀ, ਗਲਤੀ ਹੋਣੀ ਸੀ, ਗਲਤੀ।
ਜੇ ਬੰਦਾ ਗਲਤੀ ਹੋਣ ਜਾਵੇ ਨਾ ਬੰਦਾ ਅੱਖਾਂ ਪੱਟੀ ਤੇ ਘਰ ਕਿਉਂ ਵੜਿਆ ਸੀ ਅਗਰ ਤੁਹਾਨੂੰ ਪਤਾ ਸੀ ਕਿ ਉਹਦੇ ਮਾਮਲਾ ਤਹਿ ਤੇ ਉਹਨੂੰ ਘਰ ਕਿਉਂ ਲੈ ਕੇ ਆਉਂਦੇ ਸੀ ਸਰ ਉਹ ਜ਼ਹਿਨ ਨੇ ਕਿਹਾ ਕਿ ਨਹੀਂ ਆਇੰਦਾ ਇਸ ਤੇ ਕੰਮ ਨਹੀਂ ਕਰਦਾ ਇਸ ਤੇ ਘਰ ਵੜ ਲਓ ਸਰ ਉਹ ਸਾਡਾ ਕਜ਼ਨ ਸੀ ਪੂਰਾ ਸਾਡਾ ਦੁਸ਼ਮਣ ਸੀ ਨਹੀਂ ਤੇ ਜਦੋਂ ਇਹੋ ਜਿਹਾ ਕੋਈ ਕਜ਼ਨ ਬੇਹੂਦਾ ਹਰਕਤ ਕਰੇ ਉਹਨੂੰ ਘਰ ਵੜੀ ਦੇ ਸਰ ਇੱਕ ਵੇਖੋ ਨਾ ਮੇਰੀ ਗੱਲ ਸੁਣੋ ਉਹਨਾਂ ਨੇ ਗਲਤੀ ਮਾਫੀ ਜਦ ਬੰਦਾ ਮੰਗ ਲਵੇ ਮੇਰੀ ਗਲਤੀ ਹੋ ਗਈ ਦੁਬਾਰਾ ਨਹੀਂ ਐਸਾ ਕੰਮ ਹੁੰਦਾ ਮੈਨੂੰ ਮਾਫ ਕਰ ਦੇਣਾ ਚਾਹੀਦਾ ਮਾਫ ਕਰ ਦੇਣਾ ਚਾਹੀਦਾ नाजरीन जुर्म के बढ़ते हुए वाकयात को गौर से देखा जाए तो इसके पीछे और कोई नहीं अमूमन अपने ही करीबी अजीज निकलते हैं तो अपनों को अहमियत जरूर दीजिए लेकिन इतना करीब ना कीजिए कि नतीजे जिस तरह के भयानक हों अपने इर्द गिर्द होने वाले जुर्म को फौरी 15 पर रिपोर्ट कीजिए अपने मेजबान सलमान कुरैशी को इजाजत दीजिए अल्लाह निगेबान।